और देखिए, इस समय में लुधियाना शहर के 1947 से पहले जिस इलाके में मुस्लिम कम्युनिटी, मुस्लिम लोग रहते थे, फील्डगंज में आया हूँ। ये फील्डगंज का कुछ नंबर 1, 2, 3, 4, 5, 6, 7, 8, 9, 10 जितने भी थे, जहाँ पर मुस्लिम आबादी थी, लेकिन पाकिस्तान और भारत का विभाजन हुआ, वो जहाँ से चले गए। लेकिन एक बाज़ार में आपको दिखा रहा हूँ जो जहाँ पर डेवलप हुआ है। तो जहाँ पर मैंने एक दिन आया था तो देखा, जहाँ पर यार बहुत सारी मिर्चें रखी हुई हैं, हल्दी रखी हुई है, मसाले रखे हुए हैं। ऐसी दुकानें हमारे ओल्ड सिटी में भी, पुराना बाज़ार में, पुराने शहर में, चौड़ा बाज़ार के पास भी देखने को नहीं मिलती। लेकिन जहाँ पर अभी भी जो दुकानें हैं वो जो हैं मिर्च मसाले हल्दी की, जहाँ पर हैं लुधियाना शहर में, जब कभी आपका चक्कर लगाए तो ये गुरुद्वारा जो है हमारा दुख निवारण, उसके सामने गली है पुराने बाज़ार में जो फील्डगंज एरिया है, तो जहाँ से हम शुरू करेंगे। क्योंकि सिर्फ आज जहाँ ही देखने को मिलता है ये सब सामान, तो ये यहीं से हम शुरू करेंगे। पापड़ बढ़िया और यहीं से चालू करते यार, उधर से लगा पहले। देखे बड़े बड़े किराने की दुकान यहीं पर। और ये की हाल चाल है, मैं एक दिन इधर आया, मैं देखा थोड़े इधर सारा भी बहुत इतने मिर्चा जी बढ़िया बढ़िया ने। हाँ जी, इतने देखने मिल रही है पंसारी का समान वगैरह है। हाँ जी, धनी मिला था। सब तो मेन जगह जगह ही रह गई है, सब तो बाजार के अजकल है नहीं इन्ना, गुड़ मंडी वगैरह तो नहीं मिलते उत्थे था। सब तो पुरानी मार्केट यही है जी। हाँ, पुरानी मार्केट यही है। यानी कि थोड़ा भी किन्ने साल हो गए? ਸਾਨੂੰ 80 ਸਾਲ ਹੋ ਗਈ ਇੱਥੇ। 80 ਸਾਲ ਹੋ ਗਏ, ਯਾਨੀ ਕਿ ਮੁਸਲਮਾਨ ਦੇ ਟਾਈਮ ਦੇ। ਮੁਸਲਮਾਨ ਟਾਈਮ ਦੇ। ਹਾਂਜੀ, ਦੇਖੀ ਜਬ ਮੁਸਲਿਮ ਕਮਿਊਨਿਟੀ ਜਾਂ ਰਹਤੀ ਸੀ ਤੋ ਜੇ ਹਮਾਰੇ ਹਿੰਦੂ ਜੋ ਵਪਾਰੀ ਲੋਕ ਹੈ ਜਾਂ ਉਸ ਸਮੇਂ ਵੀ ਜੇ ਕੰਮ ਕਰਤੇ ਤੇ ਕਰਿਆਨੇ ਕਾ, ਤੋ ਆਜ ਵੀ ਜੇ ਯਹੀਂ ਪਰ ਕਰਿਆਨੇ ਕਾ ਕੰਮ ਕਰ ਰਹੇ ਹੈ, ਤੇ ਤੁਹਾਡੇ ਜਿਹੜਾ ਪਹਿਲੇ ਸਾਰੀ ਦੁਕਾਨ ਆਪਣੀ ਹੁੰਦੇ ਸੀ, ਹਿੰਦੂ ਦੇ ਇੱਥੇ ਹੁੰਦੇ ਜਾਂ ਮੁਸਲਿਮ ਵੀ ਸੀ ਥੋੜੇ ਬਹੁਤੇ? ਇੱਥੇ ਉਸ ਟਾਈਮ ਦੇ ਸਭ ਮੁਸਲਮਾਨੀ ਸੀ। ਅੱਛਾ ਅੱਛਾ, ਤੁਹਾਡੀ ਦੁਕਾਨ ਵੀ ਸੀ? ਸਾਡੀ ਸਿਰਫ 3 ਦੁਕਾਨਾਂ ਇੱਥੇ, ਇੱਕ ਹਿੰਦੂਆਂ ਦੇ ਸੀਗਾ। ਅੱਛਾ, 3 ਦੁਕਾਨਾਂ ਹਿੰਦੂਆਂ ਦੇ ਸੀਗੀਆਂ। ਤੁਹਾਡੀ ਯਾਨੀ ਕਿ 80 ਸਾਲ ਹੋ ਗਿਆ 1947 ਸਾਡੀ ਚੌਥੀ ਪੀੜ੍ਹੀ ਹੈ ਜੀ। ਇੱਥੇ ਚੌਥੀ ਪੀੜ੍ਹੀ ਜਾਂ ਪਰ ਕੰਮ ਕਰ ਰਹੀ ਹੈ, ਪੰਸਾਰੀ ਦਾ ਕੰਮ ਵੀ ਇਨ ਦਾ, ਔਰ ਗੁੜ ਵਗੈਰਾ ਵੀ ਹੈ, ਬਾਕੀ ਜਿੰਨੇ ਵੀ ਆਈਟਮ ਤੁਸੀਂ ਜੀ ਇੱਥੇ ਸਮਾਨ ਲੈਣਾ ਦੇਖੋਗੇ? ਹਾਂ, ਇੱਥੋਂ ਹੀ ਲੈ ਕੇ ਜਾਂਦਾ ਮੈਂ। ਹਾਂ, ਤੇ ਸਾਰਾ ਹਾਂ। ਕਿੰਨੇ ਸਾਲ ਹੋ ਗਏ? ਮੈਨੂੰ ਹੋ ਗਏ 10 ਸਾਲ ਹੋ ਗਏ। 10 ਸਾਲ ਹੋ ਗਏ ਇੱਥੇ ਸਾਰਾ ਸਮਾਨ ਲੈ ਕੇ ਜਾਂਦੇ ਨੇ, ਤੇ ਬਹੁਤ ਸਾਰੀਆਂ ਦੁਕਾਨਾਂ ਨੇ। ਆਪ ਤੁਹਾਨੂੰ ਕਿਤੇ ਵੀ ਲੁਧਿਆਣੇ 'ਚ ਨਹੀਂ ਮਿਲਣੀਆਂ ਹੈਗੀਆਂ, ਇੱਥੇ ਮਿਲਣਗੀਆਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ, ਪੁਰਾਣੇ ਟਾਈਮ ਦੇ ਵਿੱਚ, ਜਿੱਦਾਂ ਪੁਰਾਣੀ ਦੁਕਾਨ ਹੈਗੀ, ਪੁਰਾਣੇ ਸਟਾਈਲ ਦੇ ਵਿੱਚ ਇਹਨਾਂ ਨੇ ਡਿਸਪਲੇ ਕੀਤਾ ਹੋਇਆ ਵਾ। ਬੋਰੀਆਂ ਦੇ ਵਿੱਚ ਹਰ ਚੀਜ਼ ਦੇਖਣ ਨੂੰ ਮਿਲਦੀ ਹੈਗੀ ਹੈ, ਅਤੇ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਹੈ। ਹਾਂਜੀ ਹਾਂਜੀ, ਉਹਦੇ ਕੀ ਕਹਿੰਦੇ, ਹਰ ਚੀਜ਼ ਮਿਲ ਜਾਂਦੀ ਹੈ ਕਰਿਆਨੇ ਕੀ। ਔਰ ਚਲਦੇ ਚਲਦੇ ਹਮ ਦੇਖਾ, ਤਾਂ ਮੈਂ ਇੱਕ ਦਿਨ ਯਾਰ ਸੋਚਿਆ ਯਾਰ ਯਾਰ ਦਿਖਾ ਦੇ ਯਾਰ, ਜੇ ਬਾਜ਼ਾਰ ਬਹੁਤ ਬੜੀਆ ਹੈ ਤਾਂ ਜਹਾਂ ਪਰ ਜੇ ਚੈਨਲ ਸਬਸਕ੍ਰਾਈਬ ਕਰ ਦੇਣਾ, ਚਲ ਹਮ ਦਿਖਾ ਦੇਤੇ ਹੈਂ ਤੋ ਹੋਰ ਵੀ ਦੇਖੇ, ਜਹਾਂ ਪਰ ਕਰਿਆਨੇ ਕੀ ਦੁਕਾਨ ਤਾਂ ਬਹੁਤ ਹੈ। ਲੇਕਿਨ ਜੇ ਹਮ ਲੋਗੋਂ ਨੇ ਪਹਿਲੀ ਦੁਕਾਨ ਦੇਖੀ ਹੈ ਬਨਾਰਸੀ ਦਾਸ ਰਾਜ ਕੁਮਾਰ, ਜੋ 80 ਸਾਲ ਹੋ ਗਏ ਜਹਾਂ ਪਰ ਇਨਕੀ ਦੁਕਾਨ ਹੈ, ਇਨਕੇ ਦਾਦਾ ਪੜਦਾਦਾ ਜੇ ਕੰਮ ਕਰਤੇ ਥੇ। ਚਲੋ ਧੀਰੇ ਧੀਰੇ ਚਲਦੀ ਹੈ ਆਗੇ, ਪੰਸਾਰੀ ਕੀ ਦੁਕਾਨ, ਜੇ ਵੀ ਉਨਕੇ ਰਿਸ਼ਤੇਦਾਰ ਵਗੈਰਾ ਲਗਤੇ ਹੈ, ਸਭ ਇੱਕ ਦੂਸਰੇ ਦੀ ਦੁਕਾਨ ਹੈ ਜਹਾਂ ਪਰ। ਉਹ ਦੇਖੇ ਜਹਾਂ ਪਰ ਜੇ ਦਿਖਾਤਾ ਰਹੇ ਸਭੀ, ਔਰ ਦੇਖੇ ਜਹਾਂ ਪਰ ਜੇ ਸਭ ਗੁੜ ਵਗੈਰਾ ਹੈ, ਔਰ ਦੇਖੇ ਸਾਰਾ ਗੁੜ ਹੈ ਇਨਕੇ ਪਾਸ। ਉਹ ਜੀ ਹਲਦੀ ਵੀ ਹੈ ਜੋ ਬੜੀ ਵਾਲੀ ਹੈ, ਮਿਰਚੇ ਵੀ ਹੈ ਇਨਕੇ ਪਾਸ। ਔਰ ਜੈਸੇ ਪਹਿਲੇ ਲੋਕ ਦੁਕਾਨਦਾਰੀ ਕਰਦੇ ਤੇ ਵੈਸੇ ਹੀ ਜਾਣੀ ਗਏ, ਸਿਸਟਮ ਉਹੀ ਆ, ਬੋਰੀਆਂ ਖੋਲ੍ਹ ਕੇ ਵੇਚਦੇ ਹੈਗੇ ਉਹ, ਹੈਂ ਉੱਥੇ ਜਿੱਦਾਂ ਲੁਧਿਆਣੇ ਕਿਸੇ ਨੂੰ ਦੇਖਣ ਨੂੰ ਮਿਲਦਾ ਤੁਹਾਡੇ ਕੋਲ ਹੀ ਹੈ? ਹਾਂਜੀ, ਇੱਦਾਂ ਹੀ ਹੈ, ਇਹਦੇ ਸਿਸਟਮ ਚੱਲ ਰਹੇ ਆ। ਹਾਂ, ਪੁਰਾਣਾ ਸਿਸਟਮ ਤੇ ਬਦਲ ਨਹੀਂ ਹੈਗਾ? ਨਹੀਂ, ਪਾਕਿਸਤਾਨੀ ਵੀ ਇੱਦਾਂ ਹੀ ਚੱਲਦਾ ਪਿਆ ਤੇ ਹਿੰਦੁਸਤਾਨੀ ਵੀ ਇੱਦਾਂ ਚੱਲ ਰਿਹਾ। ਦੱਸਣ ਪਾਕਿਸਤਾਨੀ ਫਰਕ ਕੀ ਹੈ ਜੀ ਆਪਣੇ? ਨਹੀਂ, ਬਸ ਸਿਰਫ ਇੱਕ ਬਾਰਡਰਾਂ ਦਾ ਫਰਕ ਹੈ। ਨਹੀਂ, ਆਪਣੇ ਜਿਹੜੇ ਨਾ ਈਜੀ ਡੇ ਹੋ ਗਿਆ, ਬੜੀ ਦੁਕਾਨਾਂ ਖੁੱਲ ਗਈਆਂ, ਅਲੱਗ ਅਲੱਗ ਸਟੋਰ ਖੁੱਲ ਗਏ ਨੇ, ਪਰ ਤੁਹਾਡਾ ਉਦਾਂ ਦਾ ਸਿਸਟਮ ਹੈ ਜਿੱਦਾਂ ਪਹਿਲੇ ਹੁੰਦਾ ਸੀਗਾ? ਇਸ ਤਰ੍ਹਾਂ ਦਾ ਡਿਸਪਲੇ ਬਿਨਾ ਕੋਈ ਚੀਜ਼ ਵਿਕਦੀ ਨਹੀਂ ਹੈਗੀ। ਹਾਂ, ਦੇਖੋ ਸਭ ਦੇਖੇ, ਪਹਿਲੇ ਬੋਰੀ ਐਸੇ ਖੋਲ ਕੇ ਰੱਖੀ ਜਾਂਦੀ ਤੇ ਬੱਚੋ ਦੁਕਾਨੋਂ ਮੈਂ ਐਸੇ ਬੋਰੀ ਖੋਲ ਕੇ ਬੈਠਦੇ ਥੇ ਲੋਕ, ਆਜ ਸੇ 40 ਸਾਲ ਪਹਿਲੇ, 50 ਸਾਲ ਪਹਿਲੇ, 100 ਸਾਲ ਪਹਿਲੇ, ਔਰ ਆਜ ਵੀ ਵੈਸੀ ਬੋਰੀਆਂ ਖੁੱਲੀ ਹੋਈ ਹੈ। ਆਪ ਬੜੇ ਬੜੇ ਮਾਲ ਮੇ ਜਾਤੇ, ਵਹਾਂ ਪਰ ਦੇਖਤੇ ਹੋ ਵੀ ਸ਼ੋਪਿੰਗ ਜਬ ਕਰਤੇ ਹੋ, ਪੈਕਿੰਗ ਵਾਲੀ ਹੋਤੀ ਹੈ, ਲੇਕਿਨ ਜੇ ਪਹਿਲੇ ਅਸਲੀ ਮਾਲ ਹੈ ਇਨਕੇ ਪਾਸ, ਵਿਦਾਊਟ ਪੈਕਿੰਗ ਹੈ। ਚਲੋ ਆਗੇ ਚਲਤੇ ਹੈ, ਵੋ ਦੇਖੀਏ ਜਹਾਂ ਪੇ, ਜੇ ਦੇਖੀਏ ਐਸੇ ਪਹਿਲੇ ਲਗਾ ਹੋਤਾ ਹਲਦੀ ਵਗੈਰਾ ਕਾ, ਜੇ ਵੀ ਹੈ ਸੂਦ ਕਰਿਆਨਾ ਸਟੋਰ, ਦੇਖੀਏ ਸਾਹਮਣੇ ਦਿਖਾਈਏ, ਔਰ ਇਧਰ ਵੀ ਦਿਖਾਈਏ, ਇਨਕੀ ਤਰਫ ਵੀ ਪਿੱਛੇ ਦੁਕਾਨ ਹੈ। ਜੇ ਦੇਖੀਏ ਹਰੀ ਮਿਰਚੇ ਹੈ, ਦੇਖੀਏ ਜੇ 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 ਦੇਖੀਏ, ਜੇ ਸਭ ਜੋ ਹੈ ਅੱਜ ਕੱਲ੍ਹ ਹਲਦੀ ਮਸਾਲੇ ਵਗੈਰਾ ਇਨਕੇ ਪਾਸ ਹੈ, ਔਰ ਦੇਖੀਏ ਦਿਖਾ ਦੀਏ ਸਭ, ਦੇਖੀਏ ਔਰ ਰੇਟ ਵੀ ਲਿਖ ਕੇ ਲਗਾ ਰੱਖੇ ਹੈ ਲੋਕੋਂ ਨੇ, ਜੇ ਸਭ ਗੁੜ ਵਗੈਰਾ ਹਰ ਤਰ੍ਹਾਂ ਕੀ ਹੈ, ਜੇ ਮਿਰਚੇ ਦੇਖੀਏ। ਔਰ ਕੀ ਹਾਲ ਚਾਲ ਹੈ? ਹੋਰ ਦੱਸੋ, ਪਹਿਲੇ ਕੋਈ ਨਾ ਨਜ਼ਰ ਲੱਗ ਜਾਂਦੀ ਸੀਗੀ, ਕਹਿੰਦੇ ਸੀਗੇ ਹਰੀਆਂ ਮਿਰਚਾਂ ਬਾਰ ਕੇ ਸੁੱਟਦੇ ਹੋ, ਹੈ ਨਾ, ਅੱਗ ਦੇ ਵਿੱਚ ਨਜ਼ਰ ਲੱਗ, ਨਜ਼ਰ ਤੋਂ ਕਦੋਂ ਹਰੀਆਂ ਮਿਰਚਾਂ? ਹਾਂ, ਬੁੜੀਆਂ ਕਹਿੰਦੀਆਂ ਨਹੀਂ ਸੀ ਨਜ਼ਰ ਲੱਗ ਕੇ ਮੁੰਡੇ ਨੂੰ? ਅੱਛਾ, ਐ ਬਾੜ ਨਹੀਂ ਸੀਗੇ, ਬਾੜ ਤੇ ਨਹੀਂ ਸੀਗੇ, ਹਰੀਆਂ ਮਿਰਚਾਂ ਹੁੰਦੀਆਂ। ਓਹ ਚੱਲ, ਵਾਹ, ਹੋਰ ਕੀ? ਤੁਸੀਂ ਅੱਜ ਬਾ ਠੀਕ ਆ? ਆਓ ਲੈ ਚੱਲੀਏ। ਬਸ ਚੱਲਿਓ, ਠੀਕ ਹੈ ਜੀ, ਓਕੇ। ਉਹ ਆਵਾਂਗਾ ਫਿਰ ਕਿਸੇ ਦਿਨ ਆਵਾਂਗਾ ਮੈਂ, ਉਹ ਫਿਰ ਮਿਲਾਂਗੇ ਆਪਾਂ ਕਿਸੇ ਦਿਨ। ਹੋਰ ਜੀ ਕੀ ਹਾਲ ਹੈ?
मैं उन्होंने गल की मैं क्या पहले ना तो नज़र लग जी ना हरिया मिर्चा बार के सुटते होंगे सी तो हूँ भी छिड़ते हैं भरावा हरिया मिर्चा तो इतने मिलते टंडी वाली सुनवाते क्यों पे हो जो लोड़ पी है नज़र लै जी अजकल चलते गैस के चूल्हे चलते है पहले लकड़ा होंगे सी चलो आयो जी कोशिश तो बहुत होती है कि बोले साड़ी कोशिश होंगी है भी साडा कोई गल करे तो चक्की भी लाई हुई है बाकी कल चक्की नहीं आई असि इतने मैं एक दिन बाजार जो लंघे मैं क्या देखे पुराने जिन्ना ही टाइम दुकान होंगे सर अजकल तो माल बन के बड़ी बड़ी होर सारी दुकाना खुल गई थोड़ा वही सिस्टम पुराना ही है चक्या लाइया असली पसाई जानी कि देखो कि किन्ना सोहना है धनिया देखो तुम इदा धनिया थोड़ा किसी काके दिखा धनिया धनिया थोड़ा किसी नहीं मिलू इदा बिल्कुल प्योर धनिया को पसा के लै जाओ तुम आके और हल्दी हाँ देखो पापड़ भी इन्हें को देखो पापड़ जेने कि जाने कि तुम जल्द लैके जाओ चीज़ तो पता लगू थानू भी उदा तो हर तरह के पापड़ है लेकिन जोड़े प्योर जोड़ा माल है इन्होंने को सारा रखे देखो दुकान भी इन्हें नाले है और देखिए जे मैंने पहले भी एक दिन आया था तो जहाँ पर देखा ये पुराना डिस्प्ले सिस्टम है इनके जहाँ पर चक्की भी पुराने समय की जैसे लगी होती थी और देखिए ये हरी मिर्चें भी हैं जब लोग नज़र उतारते थे तो यही डंडी वाली मिर्चें जो होती थी नज़र उतारने के लिए लै भोले तेरी नज़र ला दा मैं भोले की नज़र ला दी मैं क्या उतो और देखिए जो बड़ी किराने की दुकान बन गई इधर और देखिए ऐसी दुकानें अजकल हैं लेकिन जहाँ पर जी देखिए इन्होंने थोड़ा सा डिस्प्ले किया भैया वैसे तो रखना ही पड़ेगा ना सुभाष ट्रेड और जी की हाल चाल है अच्छा पुराने समय की दुकाना जिदा बाहर डिस्प्ले किया हुआ वा इतने मिलता देखने को असं वेख ही लीए अच असी और कि असं चलते चलते आए थे तो वेख लीए और क्या हाल चाल है ठीक है क्या लेने आए मिर्च मसाला हल्दी घूमने आए हो घूमने आए हैं और देखिए बाजार में घूमने आए हैं ये हमारा यहाँ एक्टिव लगा हुआ है हाँ और देखिए जहाँ पे इनके पास है जहाँ पर इन्होंने गैलरी बना रखी है और देखिए साथ ही साथ पीस रहे हैं जी वाह जी वाह और जी की हाल चाल है भाव जी दिखाया तरह देखो भाव जी मैं ना एक दिन इधर आया बाजार के बच्चे मैं देखा यार जिदा पहले डिस्प्ले होंदा सीगा उदे सिस्टम अज भी इतने हैं उदे च बाहर लाई जाओगे मिर्चा वगैरह नहीं तो किसी होर पास अज ये मिर्चा नहीं मिलनिया किसी माल से चले जाओ जो बड़े स्टोर चले जाओ किसी नहीं मिलनिया डंडी वाली मिर्चा एक्चुअली असं सारा काम फ्रैश ग्राइंड करके पीस के दें लोगों मसाले वगैरह तो इस करके बाहर तो असं नहीं लगाते असी मतलब मार्केट साड़ी हैगी है बहुत माड़े हाल आ लोग फड़ी बाजार बनाया हुआ बट असी अपने वालों उपराला करते हैं कि इनू बाहर ना लाया जाए अपने वालों तुम देख रहे हो मैं अपने काउंटर के अंदर बैठा असी बाहर लगा के राजी नहीं असी ना ही इस चीज़ को बढ़ावा देना चाहिए कि बाहर लगाना है कोई लोगों को परेशानी देने का कारण सड़कें छोटी हो गई हैं कहते हैं ये फड़ी लगा के ना बाहर रास्ते जाम करते हैं लेकिन फिर भी हर किसी को देखा देगी हर किसी को लगानी पड़ती हैं और ये डंडी वाली मिर्चें नज़र लगती थी इसलिए कड़ी मिर्च होती थी नज़र ला ली हाँ जी यही है यही है हाँ जी। हम कश्मीरी लगते हो किधर हाँ जी हम पठानकोट के कश्मीर के जम्मू के जम्मू कश्मीर के हाँ वाह कश्मीर तो आए हैं जी साढ़े को हर जगह पूरे हिंदुस्तान तो कस्टमर आंदा है अच्छा और एक खास तौर पर तुम देख रहे हो कश्मीरी भरा खड़े अपने इन्होंने मार्च और अप्रैल और फैब तीन महीने होंगे है जब घर वापसी जाते अपना माल बेच के उदो जाते जाते पाँ किलो क्विंटल क्विंटल हल्दी मिर्च अपने रिश्तेदार वास्ते सारे जाके उत्थे वंडदे है इस तो साढ़े को इन्ने पुराने कस्टमर साढ़े जुड़े हुए इनके कस्टमर जो है 50 साल पुराने 60 साल पुराने हैं ये जो कश्मीरी लोग आए हैं जब जहाँ पर ये अपना माल वगैरह बेच के करोट वगैरह बेच के जब वापस जाते हैं जहाँ से हल्दी मिर्च मसाला लेकर जाते हैं ਇਹ ਅਲੱਗ ਅਲੱਗ ਕੈਟਾਗਰੀ ਜੀ ਇਹਨਾਂ ਦੀ ਵੀ ਕੋਈ ਅਖਰੋਟ ਲਿਆ ਕੇ ਵੇਚਦਾ ਕੋਈ ਸੇਬ ਵੇਚਦਾ ਹੈ ਕੋਈ ਸ਼ੋਲ ਵੇਚਦਾ ਹੈ ਹਰ ਵਪਾਰੀ ਐਟ ਦੀ ਲਾਸਟ ਮੂਮੈਂਟ 'ਤੇ ਜਦ ਵਾਪਸ ਜਾਂਦਾ ਹੈ ਔਰ ਜਾਂਦੇ ਜਾਂਦੇ ਇੱਥੋਂ ਦੇ ਸਪੈਸ਼ਲ ਮਸਾਲੇ ਪਿਸਵਾ ਕੇ ਲੈ ਕੇ ਜਾਂਦੇ ਜਾਣੇ ਦਾ ਸਮੇਂ ਆ ਗਿਆ ਕਸ਼ਮੀਰੀ ਲੋਕਾਂ ਦਾ ਉਹ ਆਪਣੇ ਜਾ ਰਹੇ ਹੈ ਸ਼੍ਰੀਨਗਰ ਤੋਂ ਜਹਾਂ ਸੇ ਉਹ ਮਿਰਚ ਮਸਾਲਾ ਹਲਦੀ ਜਹੀਂ ਸੇ ਲੇਕਰ ਜਾਤੇ ਹੈ ਔਰ ਲੁਧਿਆਣਾ ਵਾਲੇ ਕੋ ਨਹੀਂ ਪਤਾ ਕਹਾਂ ਸੇ ਮਿਲਤਾ ਹੈ ਯਾਰ ਮੈਨੇ ਵੀ ਇੱਕ ਦਿਨ ਦੇਖਾ ਤੋ ਯਾਰ ਦੇਖਾ ਵੀ ਵਾਹ ਕਮਾਲ ਹੈ ਉਸਤਾਦ ਹੋਰ ਜੀ ਕੀ ਹਾਲ ਚਾਲ ਹੈ ਤੁਸੀਂ ਵੀ ਲੈਣ ਆਏ ਹੋ ਤੁਹਾਨੂੰ ਪਤਾ ਸਹੀ ਮਾਲ ਮਿਲਦਾ ਵਾ ਹਾਂ ਬਿਲਕੁਲ ਸਹੀ ਮਿਲਦਾ ਮੈਂ ਕਹਿੰਦਾ ਬੁੜੀਆਂ ਪਹਿਲੇ ਡੰਡੀ ਵਾਲੀ ਮਿਰਚਾਂ ਲੱਭਦੀ ਹੁੰਦੀਆਂ ਸੀ ਹਾਂ ਪਹਿਲੇ ਡੰਡੀ ਹੁੰਦਾ ਸੀਗਾ ਹਾਂਜੀ ਹਾਂਜੀ ਨਜ਼ਰ ਲਾ ਕੇ ਬਿਲਕੁਲ ਬਿਲਕੁਲ ਸਾੜ ਦਿੰਦੀਆਂ ਸੀਗੀਆਂ ਬਿਲਕੁਲ ਸੁਹਾਉਂਦੀਆਂ ਸੀਗੀਆਂ ਹੁਣ ਤਾਂ ਮਿਲਦੀਆਂ ਡੰਡੀਆਂ ਬਿਲਕੁਲ ਨਹੀਂ ਮਿਲਦੀ ਨਹੀਂ ਮਿਲਦੀ ਇੱਥੇ ਮਿਲਦੀਆਂ ਫੀਲਡਾਂ ਫੀਲਡਾਂ ਹਾਂਜੀ ਬਿਲਕੁਲ ਇਹਨਾਂ ਦੁਕਾਨਾਂ ਤੋਂ ਮਿਲ ਜਾਂਦੀਆਂ ਇਹਨਾਂ ਦੁਕਾਨਾਂ ਤੋਂ ਮਿਲਦੀਆਂ ਬਿਲਕੁਲ ਬਿਲਕੁਲ ਹਾਂ ਦਿੱਲੀ ਹੁਣੀ ਮਿਲਦੀ ਹੈ ਕਿ ਚੰਡੀਗੜ੍ਹ ਤੋਂ ਮਿਲਦੀ ਹੈ ਇੱਥੇ ਮਿਲਦੀ ਹੈ ਇੱਥੇ ਮਿਲਦੀ ਹੈ ਬੜੇ ਪੁਰਾਣੇ ਹਿਆਨਾ ਕੋਲ ਆਉਂਦੇ ਆ ਹਾਂ ਪੁਰਾਣੇ 20 ਸਾਲ ਤੋਂ ਉੱਪਰ ਹੋ ਗਏ ਆਂਦੇ ਨੂੰ 20 ਸਾਲ ਤੁਹਾਡੇ ਹੋ ਗਏ ਆ ਪੁਰਾਣਾ ਸਿਸਟਮ ਇੱਥੇ ਆ ਜੀ ਪੁਰਾਣਾ ਸਿਸਟਮ ਬਿਲਕੁਲ ਬਿਲਕੁਲ ਸਹੀ ਗੱਲ ਪਾਕਿਸਤਾਨ ਵਿੱਚ ਇੱਦੀ ਚੱਲਦਾ ਪਿਆ ਹਿੰਦੁਸਤਾਨ ਵਿੱਚ ਇੱਦੀ ਚੱਲਦਾ ਪਾਕਿਸਤਾਨ ਵਾਲੇ ਦੇਖ ਰਹੇ ਆ ਨਾ ਉਹ ਦੇਖੇ ਯਾਰ ਹਮਾਰੇ ਬਾਜ਼ਾਰ ਜੈਸੇ ਜੇ ਬਾਜ਼ਾਰ ਹੈ ਤੋ ਦਿਖਾਓ ਜੀ ਬਾਜ਼ਾਰ ਜੋ ਲਗਾ ਹੋਇਆ ਹੈ ਔਰ ਦੇਖੇ ਜਹਾਂ ਪਰ ਜੇ ਦੁਕਾਨਦਾਰੀ ਚੱਲ ਰਹੀ ਹੈ ਨੀਚੇ ਆ ਜਾਓ ਅੱਛਾ ਭਾਜੀ ਹਲੇ ਕਾਰ ਲੈ ਦੇਖ ਲਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੁਹਾਡਾ ਹੈ
और की आ जाओ काके बाहर आ जाना। और देखिए ये बाजार दिखा रहे हैं हम आपको, ये जो है फील्डगंज 1947 से पहले जहाँ पर मुस्लिम कम्युनिटी के लोग रहते थे वो चले गए, लेकिन पहले भी ऐसे दुकानें लगी होती थी हल्दी वगैरह की, और आज भी जहाँ पर जब मिर्चें वगैरह रखे अंदर लगाते थोड़ा सा दिखा दे, सभी दिखा देगा थोड़ा थोड़ा चलते चलते हम दिखा देते हैं। और देखिए आ जाओ इधर देखिए चक्की सभी ने लगा रखी है, इधर चक्की सभी के लगी हुई हैं। और देखिए मैंने अभी आपको दिखाया जो बाजार छोटा सा जो है हल्दी मिर्च मसाले का बाजार है, हल्दी मिर्च मसाले का बाजार है। तुम खंड लेके आए हो? हाँ चेक कर रहे, बढ़िया खंड है। हाँ बहुत वधिया जीनी है, बाजार है बहुत वधिया, सारे सामान इतने बढ़िया मिल रहा है, बाकी शहर में सस्ता मिल रहा है। सस्ता ही मिलता, कहते बढ़िया मिलता है, कभी थोड़े भी चक्कर लगे गुरुद्वारा दुख निवारण तो पिछली बैक साइड से आ जाओ तो थानू इतने हर चीज़ मिलेगी लुधियाने की, जिदा पाकिस्तान चाहे दुकाना लगियाँ उतने हिंदुस्तान भी लगियाँ, अजय उतने बाजार लगे हुआ जिदा पहले से 1947 तो पहले। जो चैनल सब्सक्राइब कर दिए, चलते चलते हम कुछ ना कुछ आपको दिखाते रहते हैं। धन्यवाद।